ਅੱਜ ਹੈ ਫਿਲਮੀ ਫਰਾਈਡੇ ਤੇ ਮੈਂ ਫਿਲਮ ਦੇਖ ਕੇ ਆਈ ਹਾਂ ਮੈਂ ਤੇ ਬਾਪੂ ਲੀਡ ਰੋਲ ਦੇ ਵਿੱਚ ਨੇ ਪਰਮੇਸ਼ਰ ਸ਼ਰਮਾ ਐਂਡ ਡਾਕਟਰ ਸਤੀਸ਼ ਸ਼ਰਮਾ ਨਾਲ ਹੈ ਇਹਨਾਂ ਦੇ ਸੰਜੀਦਾ ਸ਼ੇਖ ਫਿਲਮ ਦੀ ਸਟੋਰੀ ਦੀ ਗੱਲ ਕਰਦੇ ਹਾਂ ਸਟੋਰੀ ਕੀ ਹੈ ਕਿ ਇੱਕ ਮੁੰਡਾ ਜਿਹਨੂੰ ਇੱਕ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ ਪਰ ਕੁੜੀ ਦੇ ਘਰ ਦੇ ਉਹਦੇ ਅੱਗੇ ਰੱਖਦੇ ਨੇ ਇੱਕ ਸ਼ਰਤ ਤੇ ਉਸ ਸ਼ਰਤ ਨੂੰ ਮਨੋਂਨ ਲਈ ਪੂਰਾ ਕਰਨ ਲਈ ਪਰਮੇਸ਼ਰ ਸ਼ਰਮਾ ਜੋ ਕਿ بیٹے ਦਾ ਕਿਰਦਾਰ ਨਿਭਾਰੇ ਨੇ ਉਹ ਕੀ ਕਰਦੇ ਨੇ ਉਹੀ ਹੈ ਕਹਾਣੀ ਇਸ ਫਿਲਮ ਦੀ ਪਰਮੇਸ਼ਰ ਸ਼ਰਮਾ ਤੇ ਡਾਕਟਰ ਸਤੀਸ਼ ਸ਼ਰਮਾ ਦੀ ਜਿਹੜੀ ਔਨ ਸਕ੍ਰੀਨ ਕੈਮਿਸਟਰੀ ਹੈ ਕਾਫੀ ਕਮਾਲ ਦੀ ਹੈ ਦੋਵੇਂ ਇਕੱਠੇ ਬਹੁਤ ਵਧੀਆ ਲੱਗ ਰਹੇ ਨੇ ਜੇਕਰ ਆਪਾਂ ਪਰਫਾਰਮੈਂਸਿਸ ਦੀ ਗੱਲ ਕਰੀਏ ਤੇ ਸੁਖੀ ਚਾਹਲ ਜੋ ਇਸ ਫਿਲਮ ਦੇ ਵਿੱਚ ਪਰਮੀਸ਼ ਸ਼ਰਮਾ ਦੇ ਚਾਚਾ ਜੀ ਦਾ ਰੋਲ ਨਿਭਾ ਰਹੇ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਉਹਨਾਂ ਦੀ ਕਾਮਿਕ ਟਾਈਮਿੰਗ ਕਾਫੀ ਕਮਾਲ ਦੀ ਹੈ ਔਰ ਜਿੰਨੀ ਵਾਰ ਵੀ ਸਕਰੀਨ ਤੇ ਆਉਂਦੇ ਆ ਤੁਸੀਂ ਹੱਸੋਗੇ ਜ਼ਰੂਰ ਸੰਜੀਦਾ ਸ਼ੇਖ ਦੀਆਂ ਅੱਖਾਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਉਹ ਬਹੁਤ ਸੋਹਣੇ ਲੱਗ ਰਹੇ ਨੇ ਔਨ ਸਕਰੀਨ ਬਟ ਉਹ ਥੋੜੇ ਜਿਹੀ ਹੋਰ ਹੋਣੇ ਚਾਹੀਦੇ ਸੀ ਕਿਉਂਕਿ ਉਹਨਾਂ ਦਾ ਜਿਹੜਾ ਸਕਰੀਨ ਟਾਈਮ ਆ ਉਹ ਬਹੁਤ ਹੀ ਘਟਿਆ ਹਾਰਡਲੀ ਮੈਨ ਲੱਗਦਾ ਪੂਰੀ ਫਿਲਮ ਦੇ ਵਿੱਚ 10 ਕੁ ਮਿੰਟ ਲਈ ਸੰ ਗਰੇ ਨੇ ਡਾਇਰੈਕਸ਼ਨ ਦੀ ਗੱਲ ਕਰਦੇ ਆ ਫਿਲਮ ਦੀ ਜਿਹੜੀ ਡਾਇਰੈਕਸ਼ਨ ਆ ਉਹ ਕਾਫੀ ਵੀਕ ਆ ਕਿਉਂਕਿ ਇਸ ਫਿਲਮ ਦੇ ਵਿੱਚ ਨਾ ਕਾਫੀ ਜ਼ਿਆਦਾ ਸਕੋਪ ਸੀ ਬਹੁਤ ਜ਼ਿਆਦਾ ਇਮੋਸ਼ਨਸ ਨੂੰ ਸਕਰੀਨ ਤੇ ਲੈ ਕੇ ਔਣ ਦਾ ਜਿੱਥੇ ਡਾਇਰੈਕਟਰ ਸਾਹਿਬ ਥੋੜੇ ਫੇਲ ਹੁੰਦੇ ਨਜ਼ਰ ਆਇਆ ਕਿਉਂਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਹੁਣ ਕੁਝ ਵਧੀਆ ਹੋਏਗਾ ਉਹ ਚੀਜ਼ ਜਿਹੜੀ ਆ ਉੱਥੇ ਹੀ ਖਤਮ ਹੋ ਜਾਂਦੀ ਹੈ ਤੇ ਤੁਸੀਂ ਸੋਚਦੇ ਹੋ ਕਿ ਕਾਸ਼ ਥੋੜਾ ਜਿਆਦਾ ਡਾਇਰੈਕਸ਼ਨ ਦੇ ਉੱਤੇ ਰਾਈਟਿੰਗ ਪਾਰਟ ਦੇ ਉੱਤੇ ਹੋਰ ਕੰਮ ਹੋਇਆ ਹੁੰਦਾ ਕਾਮੇਡੀ ਦੀ ਗੱਲ ਕਰਦੇ ਆ ਕਿਉਂਕਿ ਆਪਾਂ ਪੰਜਾਬੀ ਆਪਾਂ ਫਿਲਮਾਂ ਦੇ ਵਿੱਚ ਕਾਮੇਡੀ ਦੇਖਣ ਜਾਂਦੇ ਫਿਲਮ ਦੇ ਵਿੱਚ ਕਾਮੇਡੀ ਜਿਹੜੀ ਹੈ ਅੱਛੀ ਹੈ ਬਹੁਤ ਜਗ੍ਹਾ ਤੇ ਪੰਚੀਸ ਫਲੈਟ ਵੀ ਹੁੰਦੇ ਨੇ ਪਰ ਬਹੁਤ ਸਾਰੇ ਪੰਚੀਸ ਤੁਹਾਨੂੰ ਬਹੁਤ ਪਸੰਦ ਵੀ ਆਉਣਗੇ ਤੇ ਤੁਸੀਂ ਕੁਝ ਸਿੱਖ ਕੇ ਵੀ ਆ ਜਾਓਗੇ ਇਹਨਾਂ ਦੇ ਵਿੱਚੋਂ ਜਿਹੜੇ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਯੂਜ਼ ਕਰ ਸਕਦੇ ਹੋ ਗੱਲਬਾਤ ਦੇ ਵਿੱਚ ਮਿਊਜ਼ਿਕ ਦੀ ਗੱਲ ਕਰਦੇ ਆ ਮਿਊਜ਼ਿਕ ਜਿਹੜਾ ਫਿਲਮ ਦਾ ਐਵਰੇਜ ਆ ਕੋਈ ਬਹੁਤ ਕਮਾਲ ਦੇ ਗਾਣੇ ਨਹੀਂ ਆ ਬਟ ਫਿਲਮ ਖਤਮ ਹੋਣ ਤੋਂ 10-15 ਮਿੰਟ ਪਹਿਲਾਂ ਇੱਕ ਗਾਣਾ ਹੁੰਦਾ ਹੈ ਤੂੰ ਮੇਰੀ ਰੂਹ ਦਾ ਹਿੱਸਾ ਹੈ ਜਿਹਨੂੰ ਗਾਇਆ ਹੈ ਵੀਰ ਸਿੰਘ ਨੇ ਉਹਨਾਂ ਦੀ ਆਵਾਜ਼ ਬਹੁਤ ਸਕੂਨ ਦੇ ਨਾਲੀ ਆ ਤੇ ਗਾਣਾ ਬਹੁਤ ਇਮੋਸ਼ਨਲ ਆ ਜਿੰਨੀ ਦੇਰੇ ਗਾਣਾ ਚੱਲਦਾ ਪਰਮੀਸ਼ਰ ਵਰਮਾ ਦਾ ਜਿਹੜਾ ਬਚ ਉਹ ਸੀਨ ਕਾਫੀ ਇਮੋਸ਼ਨਲ ਨੇ ਉੱਥੇ ਜਾ ਕੇ ਫਿਲਮ ਥੋੜੀ ਜੀ ਦਿਲਚਸਪ ਹੋ ਜਾਂਦੀ ਆ ਇੱਕ ਜਿਹੜਾ ਸਰਪ੍ਰਾਈਜ਼ ਫੈਕਟਰ ਹੈ ਇਸ ਫਿਲਮ ਬਾਰੇ ਉਹ ਹੈ ਹਰੀਸ਼ ਵਰਮਾ ਦਾ ਕੈਮੀਓ 2.5 ਮਿੰਟ ਲਈ ਉਹ ਬੰਦਾ ਫਿਲਮ ਦੇ ਵਿੱਚ ਆਉਂਦਾ ਹੈ ਐਂਡ ਇਹ ਪ੍ਰੂਫ ਕਰਕੇ ਚਲਾ ਜਾਂਦਾ ਹੈ ਕਿ ਇੱਕ ਵਧੀਆ ਐਕਟਰ ਜੇਕਰ 2 ਮਿੰਟ ਲਈ ਵੀ ਸਕਰੀਨ ਤੇ ਆਏਗਾ ਨਾ ਉਦੀ ਪ੍ਰੈਜੈਂਸ ਜ਼ਰੂਰ ਨੋਟਿਸ ਹੋਏਗੀ ਤੇ ਉਹ ਇਸ ਫਿਲਮ ਦਾ ਸਭ ਤੋਂ ਬੈਸਟ ਪਾਰਟ ਲੱਗਾ ਮੈਨੂੰ ਜਦੋਂ ਹਰੀਸ਼ ਵਰਮਾ ਸਕਰੀਨ ਤੇ ਆਉਂਦੇ ਨੇ ਡਾਇਲੌਗਸ ਦੀ ਗੱਲ ਕਰਦੇ ਆ ਡਾਇਲੌਗ ਜਿਹੜੇ ਆ ਫਿਲਮ ਦੇ ਉਹ ਥੋੜੇ ਜਿਹੀ ਵੀਕ ਰਹਿ ਗਏ ਮੈਨੂੰ ਲੱਗਦਾ ਕਿ ਬਹੁਤ ਵਧੀਆ ਹੋ ਸਕਦੇ ਸੀ ਬਹੁਤ ਜ਼ਿਆਦਾ ਸਕੋਪ ਸੀ ਕਿਉਂਕਿ ਫਿਲਮ ਦਾ ਜਿਹੜਾ ਸਬਜੈਕਟ ਆ ਉਹ ਥੋੜਾ ਜਿਹਾ ਵੱਖਰਾ ਹੈ ਬਟ ਅਗੇਨ ਇੱਥੇ ਜਿਹੜੀ ਫਿਲਮਾਂ ਚੂਕ ਜਾਂਦੀ ਆ 올인올 제ਕਰ ਤੁਸੀਂ ਪਰਮੇਸ਼ਰਮਾ ਦੇ ਫੈਨ ਹੋ ਤੁਸੀਂ ਇਹ ਫਿਲਮ ਦੇਖਣ ਜ਼ਰੂਰ ਜਾਇਓ ਜੇਕਰ ਤੁਸੀਂ ਇਸ ਵੀਕਐਂਡ ਕੁਝ ਦੇਖਣਾ ਚਾਹੁੰਦੇ ਹੋ ਦਿਸ ਇਸ ਅ ਗੁੱਡ ਵਨ ਟਾਈਮ ਵਾਚ ਜੇਕਰ ਤੁਸੀਂ ਆਲਰੇਡੀ ਇਹ ਫਿਲਮ ਦੇਖ ਲਈ ਹੈ ਤੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਤੁਹਾਨੂੰ ਮੈਂ ਤੇ ਬਾਪੂ ਕਿੱਦਾਂ ਦੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਐਂਡ ਦੂ ਪ੍ਰੈਸ ਦ ਬੈਲ ਆਈਕਨ 20000 ਤੋਂ ਜ਼ਿਆਦਾ ਸਿਨੇਮਾ ਲਵਰਸ ਕਿਦਾਂ ਨੂੰ ਸਬਸਕ੍ਰਾਈਬ ਕਰ ਚੁੱਕੇ ਨੇ ਸਬਸਕ੍ਰਾਈਬ ਕਰੋ ਕਿਦਾਂ ਤੇ ਪ੍ਰੈਸ ਕਰੋ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਅਗੇ